ਜੇ ਗੇੜੀ ਮਾਰਨੀ ਹੋਵੇ ਤਾਂ ਚੱਲ ਸਰਾਭਾ ਨਗਰ, ਤੇ ਜੇ ਅੱਜ ਸਰਾਭਾ ਨਗਰ ਤੇ ਵਿਪਤਾ ਆਈ ਹੈ ਤਾਂ ਅਸੀਂ ਪਾਸੇ ਹੋ ਜਾਈਏ। ਅੱਜ 8 ਮਹੀਨੇ ਹੋ ਗਏ ਇਹ ਸਰਾਭਾ ਨਗਰ ਦੇ ਲੋਕਾਂ ਨੂੰ ਉਹ ਗਜਟ ਦੀ ਕਾਪੀ ਮੰਗਦੇ ਹੋਏ, ਗਜਟ ਕਦੀ ਪਾਸ ਹੋਇਆ ਹੀ ਨਹੀਂ। ਇੱਕ ਬਿਲਡਿੰਗ ਜਿਹਦਾ CLU ਵੀ ਨਹੀਂ ਪਾਸ ਹੋਇਆ। ਅੱਜ ਤਰੀਕ ਨੋਟ ਕਰ ਲਿਓ, ਅੱਜ 26 ਤਰੀਕ, 6ਵਾਂ ਮਹੀਨਾ 2023 ਹੈ, ਜੇ ਇਸ ਤੋਂ ਪਹਿਲਾਂ ਉਸ ਬਿਲਡਿੰਗ ਦਾ CLU ਵੀ ਪਾਸ ਹੋਵੇ ਤਾਂ ਕਿਉਂ। ਮਨੀਸ਼ਾ ਗੁਲਾਟੀ ਜੀ ਨੂੰ ਕੌਣ ਨਹੀਂ ਜਾਣਦਾ, ਜਦੋਂ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਤਾਂ ਚੰਦ ਮਿੰਟਾਂ ਦੇ ਵਿੱਚ ਹੀ ਗਜਟ ਸੋਸ਼ਲ ਮੀਡੀਆ 'ਤੇ ਪਾ ਦਿੱਤਾ ਗਿਆ। ਜੇ ਇੱਕ ਆਦਮੀ ਦੇ ਸਸਪੈਂਡ ਹੋਣ 'ਤੇ ਗਜਟ ਦੀ ਕਾਪੀ ਵੀ ਪਾਣੀ ਜ਼ਰੂਰੀ ਸਾਡੇ ਅਸਰ ਸਮਝਦੇ ਆ, ਇਹ ਲੱਖਾਂ ਲੋਕਾਂ ਦੀ ਜ਼ਿੰਦਗੀ ਦਾ ਫੈਸਲੇ ਦਾ ਏਰੀਆ ਵੈ, ਉਹਦਾ ਗਜਟ ਕਿਉਂ ਨਹੀਂ? ਯਾਨੀ ਕਿਉਂ ਕਮਿਸ਼ਨਰ ਮੈਡਮ ਇੰਨੇ ਮਹੀਨੇ ਟਲ ਮਟੋਲ ਲਾਈ ਹੋਈ ਹੈ? ਇੱਕ 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 ਗਰੀਬ ਆਦਮੀ ਜੇ ਸੜਕ ਦੇ ਉੱਤੇ ਰੇੜੀ ਲਾ ਲੈਂਦਾ ਵੈ, ਓਏ ਤੂੰ ਇਲੀਗਲ ਕੰਮ ਕੀਤਾ, ਤੇਰਾ ਚਲਾਨ ਕੱਟਿਆ ਜਾਏਗਾ। ਲੇਕਿਨ ਸਰੇਆਮ ਵੱਡੀਆਂ ਵੱਡੀਆਂ ਇਲੀਗਲ ਬਿਲਡਿੰਗਾਂ ਬਣਦੀਆਂ ਪਈਆਂ ਨਜ਼ਰ ਨਹੀਂ ਆਉਂਦੀਆਂ ਪਈਆਂ, ਇਹ ਤਾਂ ਫਿਰ ਸਾਫ਼ ਹੈ ਕਿ ਇਹ ਪੈਸਾ ਫੈਂਕ ਤਮਾਸ਼ਾ ਦੇ ਸਾਰਾ ਇਲੀਗਲ ਖੇਲ ਆ। ਜੋ ਤੁਸੀਂ ਗੱਲ ਦਾ ਜਵਾਬ ਦਿਓ, ਕਰੋੜਾਪਤੀ ਲੋਕਾਂ ਨੂੰ ਅੱਜ ਸੜਕਾਂ 'ਤੇ ਇਹਨਾਂ ਨੇ ਬਹਿਣ 'ਤੇ ਮਜਬੂਰ ਕਰ ਦਿੱਤਾ, ਇਹਨਾਂ ਲੋਕਾਂ ਦਾ ਕਸੂਰ ਕੀ? ਕੀ ਇਹ ਟੈਕਸ ਦਿੰਦੇ ਹੈ, ਇਹ ਵੋਟਾਂ ਪਾਉਂਦੇ ਹੈ? ਜਿਹੜਾ ਖੇਡ ਤੁਸੀਂ ਇਹਨਾਂ ਲੋਕਾਂ ਨਾਲ ਖੇਡਦੇ ਹੋ ਨਾ, ਇਹਨਾਂ ਲੋਕਾਂ ਨੂੰ ਤੁਸੀਂ ਬੇਵਕੂ ਬਣਾ ਸਕਦੇ ਹੋ। ਆਓ ਮੇਰੇ ਨਾਲ ਬੈਠੋ, ਮੈਂ ਖੁੱਲ੍ਹਾ ਚੈਲੰਜ ਕਰਦਾ, ਕਾਗਜ਼ ਹੱਥ 'ਚ ਲੈ ਕੇ ਬੈਠਾ, ਜੇ ਵਾਕਈ ਸੱਚੇ ਹੈ ਨਗਰ ਨਿਗਮ ਕਾਰਪੋਰੇਸ਼ਨ ਦਾ ਜਾਂ ਕੋਈ MLA, ਸਾਬਤ ਕਰ ਦਿਓ ਸੱਚਾ ਜ਼ਿਆਦਾ ਝੂਠਾ, ਸੱਚਾ ਜ਼ਿਆਦਾ ਲੁਧਿਆਣਾ ਛੱਡ ਦੂਗਾ। ਮੈਂ ਜੀ ਹਾਲਾਤ ਦੇਖ ਲਓ, ਮੇਰੇ ਲੁਧਿਆਣੇ ਸ਼ਹਿਰ ਦੇ ਕੀਸ ਬਣਾ ਦਿੱਤੇ। ਮੈਂ ਹਮੇਸ਼ਾ ਕਹਿੰਦਾ ਲੋਕਾਂ ਨੂੰ ਕਿ ਜਾਗ ਜਾਓ, ਜਾਗ ਜਾਓ, ਜਾਗ ਜਾਓ। ਦੇਖੋ ਇਕੱਲਾ ਇੱਕ ਸੱਚਾ ਯਾਦਵ, ਮੈਨੂੰ ਕੀ ਜ਼ਰੂਰਤ ਪਈ ਹੈ ਮੈਂ ਆਪਣਾ ਕੰਮ ਕਾਰ ਛੱਡ ਕੇ ਇੱਧਰ ਉੱਧਰ ਇੱਧਰ ਉੱਧਰ। ਲੇਕਿਨ ਜਦੋਂ ਲੋਕਾਂ ਦਾ ਦਰਦ ਦੇਖਦਾ ਨਾ, ਉਹ ਕੁਝ ਦਰਦ ਐਸੇ ਹੁੰਦੇ ਜਿਹੜੇ ਬਿਆਨ ਨਹੀਂ, ਕਿਉਂਕਿ ਸਿਰਫ ਘਰ ਦੀ ਜੇ 200 ਗਜ ਦੀ ਕੋਠੀ ਹੈ ਉਹੀ ਅਸੀਂ ਮੇਰੀ ਕਹਿੰਦੇ ਹਾਂ, ਤਾਂ ਸੜਕਾਂ ਕਿਉਂ ਨਹੀਂ, ਸ਼ਹਿਰ ਦਾ ਇਲਾਕਾ ਕਿਉਂ ਨਹੀਂ, ਸਾਰਾ ਲੁਧਿਆਣਾ ਕਿਉਂ ਨਹੀਂ ਮੇਰਾ? ਸੋ ਅੱਜ ਬੜੀ ਖੁਸ਼ੀ ਹੋਈ ਹੈ ਕਿ ਸਰਾਭਾ ਨਗਰ ਏਰੀਏ ਦੇ ਲੋਕ ਪਿਛਲੇ ਕਈ ਮਹੀਨਿਆਂ ਤੋਂ ਲੜਾਈ ਲੜਦੇ ਪਏ ਹੈ ਔਰ ਹਾਲਾਤ ਬੱਤੋ ਬੱਤਰ ਬਣਾ ਦੇ, ਔਰ ਅੱਜ ਮੈਂ ਇਹਨਾਂ ਦੇ ਨਾਲ ਇਸ ਲਈ ਖੜਾ ਹੋਇਆ ਵਾਂ ਕਿ ਆਵਾਜ਼ ਅਸੀਂ ਰਲ ਮਿਲ ਕੇ ਬੁਲੰਦ ਕਰ ਸਕੀਏ ਇਹ ਸਾਡੇ ਸ਼ਹਿਰ ਦਾ ਏਰੀਆ। ਜੇ ਗੇੜੀ ਮਾਰਨੀ ਹੋਵੇ ਤਾਂ ਚੱਲ ਸਰਾਭਾ ਨਗਰ, ਅਤੇ ਜੇ ਅੱਜ ਸਰਾਭਾ ਨਗਰ 'ਤੇ ਵਿਪਤਾ ਆਈ ਹੈ ਤਾਂ ਅਸੀਂ ਪਾਸੇ ਹੋ ਜਾਈਏ? ਨਹੀਂ, ਇਹ ਲੁਧਿਆਣਾ ਮੇਰਾ ਹੈ, ਇਹ ਲੁਧਿਆਣਾ ਆਪਣੇ ਸਾਰਿਆਂ ਦਾ ਵੈ। ਆਹ ਦੇਖੋ ਇਹ ਕਹਿੰਦੇ ਪਏ ਆ ਕਿ ਅਸੀਂ ਗਜਟ ਪਾਸ ਕਰਤਾ, ਜੇ ਗਜਟ ਪਾਸ ਕੀਤਾ ਹੁੰਦਾ ਤਾਂ ਗਜਟ ਦੀ ਕਾਪੀ ਦਿੰਦੇ। ਅੱਜ 8 ਮਹੀਨੇ ਹੋ ਗਏ ਇਹ ਸਰਾਭਾ ਨਗਰ ਦੇ ਲੋਕਾਂ ਨੂੰ ਉਹ ਗਜਟ ਦੀ ਕਾਪੀ ਮੰਗਦੇ ਹੋਏ, ਗਜਟ ਕਦੀ ਪਾਸ ਹੋਇਆ ਹੀ ਨਹੀਂ, ਕਦੀ ਪਾਸ ਹੋਇਆ ਹੀ ਨਹੀਂ, ਇਹ ਬੇਵਕੂ ਬਣਾਉਂਦੇ ਪਏ ਆ। ਇਹ ਮਿਨਟਸ, ਇਹ ਕਹਿੰਦੇ ਨਾ ਮੀਟਿੰਗ ਆਫ ਮਿਨਟਸ ਨੂੰ, ਮੀਟਿੰਗ ਆਫ ਮਿਨਟਸ ਨੂੰ ਇਹ ਲੋਕ ਗਜਟ ਦੱਸਦੇ ਪਏ ਆ। ਮੀਟਿੰਗ ਆਫ ਮਿਨਟਸ ਤੁਸੀਂ ਗਜਟ ਕਿਵੇਂ ਦੱਸਦੇ ਹੋਗੇ? ਨਾਲੇ ਇਹਨਾਂ ਮੀਟਿੰਗ ਆਫ ਮਿਨਟਸ ਵਾਲੇ ਕਾਗਜ਼ਾਂ ਦੇ ਵਿੱਚ ਵੀ ਆ, ਤੁਸੀਂ ਦੇਖੋ ਸਰਾਭਾ ਨਗਰ ਰੋਡ 'ਤੇ ਜਿਹੜਾ ਸਟਾਰਟਿੰਗ ਫਰੋਮ ਟੀ ਪੁਆਇੰਟ ਫਿਰੋਜ਼ਪੁਰ ਰੋਡ ਅਪੋਜ਼ਿਟ PAU ਅਪ ਟੂ ਦੁਰਗਾ ਮਾਤਾ ਮੰਦਿਰ, ਸਿਰਫ ਫਿਰੋਜ਼ਪੁਰ ਰੋਡ ਦੇ ਇੱਧਰੋਂ ਟੀ ਪੁਆਇੰਟ ਤੋਂ ਲੈ ਕੇ ਸਿਰਫ ਦੁਰਗਾ ਮਾਤਾ ਮੰਦਿਰ ਤੱਕ ਨੂੰ ਕਮਰਸ਼ੀਅਲ ਕਰਨ ਦੀ ਗੱਲ ਹੋਈ ਸੀ ਮਿਨਟਸ ਆਫ ਮੀਟਿੰਗ ਦੇ, ਗਜਟ ਹੁੰਦਾ ਵੀ ਨਹੀਂ ਹੈਗਾ। ਲੇਕਿਨ ਇਹਨਾਂ ਨੇ ਪੂਰੀ ਰੋਡ 'ਤੇ ਪਰਲੀ ਸਾਈਡ ਦੇ ਉੱਤੇ ਬਿਲਡਿੰਗਾਂ ਬਣਾਤੀਆਂ, ਇੱਧਰ ਬਿਲਡਿੰਗਾਂ ਉੱਧਰ ਬਿਲਡਿੰਗਾਂ, ਹਾਲਾਤ ਬੱਤੋ ਬੱਤਰ ਹੈ। ਅਸਲ ਦੇ ਵਿੱਚ ਗੱਲ ਪਤਾ ਕੀ ਹੈ, ਉਹ ਕਹਿੰਦੇ ਨਾ ਕਿ ਕੋਈ ਚੀਜ਼ ਗਲੇ 'ਚ ਫਸ ਜਾਂਦੀ ਹੈ, ਇਹਨਾਂ ਦੇ ਉਹੀ ਹੋਇਆ ਹੋਇਆ, ਨਾ ਪ੍ਰਸ਼ਾਸਨ ਉਸ ਚੀਜ਼ ਨੂੰ ਹੱਥ ਪਾਉਣਾ ਚਾਹੁੰਦਾ, ਨਾ ਕਾਰਪੋਰੇਸ਼ਨ। ਇੱਕ ਬਿਲਡਿੰਗ ਜਿਹਦਾ CLU ਵੀ ਨਹੀਂ ਪਾਸ ਹੋਇਆ, ਮੈਂ ਲਿਖ ਕੇ ਦਾਅਵੇ ਨਾ ਕਰ ਸਕਦਾ। ਅੱਜ ਤਰੀਕ ਨੋਟ ਕਰ ਲਓ, ਅੱਜ ਤਰੀਕ ਨੋਟ ਕਰ ਲਿਓ, ਅੱਜ 26 ਤਰੀਕ, 6ਵਾਂ ਮਹੀਨਾ 2023 ਹੈ, ਜੇ ਇਸ ਤੋਂ ਪਹਿਲਾਂ ਉਸ ਬਿਲਡਿੰਗ ਦਾ CLU ਵੀ ਪਾਸ ਹੋਵੇ ਤਾਂ ਕਿਉਂ। ਇੱਕ ਰੈਜ਼ੀਡੈਂਸ਼ੀਅਲ ਏਰੀਆ ਨੂੰ ਕਮਰਸ਼ੀਅਲ ਕਰ ਦੇਣਾ, ਲੋਕ ਇਹੀ ਤਾਂ ਕਹਿੰਦੇ ਪਏ ਜਿਹੜੇ ਕਮਰਸ਼ੀਅਲ ਜਿਹੜੇ ਬਿਲਡਿੰਗਾਂ ਬਣਾ ਕੇ ਹੁਣ ਬੈਠੇ ਆ ਇੱਥੇ, ਜਿਨ੍ਹਾਂ ਨੇ ਨਕਲੀ, ਜਿਨ੍ਹਾਂ ਨੂੰ ਨਕਲੀ ਕਹੂੰਗਾ ਮੈਂ, ਕਿਉਂਕਿ ਜਦ ਕਿ ਚੀਜ਼ ਦਾ ਕਾਨੂੰਨ ਨਹੀਂ ਪਾਸ ਹੋਇਆ, ਬਿੱਲ ਨਹੀਂ ਪਾਸ ਹੋਇਆ, ਗਜਟ ਨਹੀਂ ਪਾਸ ਹੋਇਆ, ਮਨੀਸ਼ਾ ਗੁਲਾਟੀ ਜੀ ਨੂੰ ਕੌਣ ਨਹੀਂ ਜਾਣਦਾ, ਜਦੋਂ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਤਾਂ ਚੰਦ ਮਿੰਟਾਂ ਦੇ ਵਿੱਚ ਹੀ ਗਜਟ ਸੋਸ਼ਲ ਮੀਡੀਆ 'ਤੇ ਪਾ ਦਿੱਤਾ ਗਿਆ। ਮੇਰੇ ਕੋਲ ਕਾਪੀ ਪਈ ਹੈ ਉਹਦੀ ਗਜਟ ਦੀ, ਜੇ ਇੱਕ ਆਦਮੀ ਦੇ ਸਸਪੈਂਡ ਹੋਣ 'ਤੇ ਗਜਟ ਦੀ ਕਾਪੀ ਵੀ ਪਾਣੀ ਜ਼ਰੂਰੀ ਸਾਡੇ ਪੋਲੀਟੀਸ਼ੀਅਨ, ਸਾਡੀਆਂ ਸਰਕਾਰਾਂ ਸਾਡੇ ਅਸਰ ਸਮਝਦੇ ਹੈ, ਤਾਂ ਇਹਦਾ ਸਰਾਭਾ ਨਗਰ ਜਿਹੜਾ ਇਹ ਏਰੀਆ ਰੈਜ਼ੀਡੈਂਸ਼ੀਅਲ ਏਰੀਆ ਵੈ, ਇਹ ਲੱਖਾਂ ਲੋਕਾਂ ਦੀ ਜ਼ਿੰਦਗੀ ਦਾ ਫੈਸਲੇ ਦਾ ਏਰੀਆ ਵੈ, ਉਹਦਾ ਗਜਟ ਕਿਉਂ ਨਹੀਂ, ਉਹਦਾ ਕੋਈ ਕਾਨੂੰਨੀ ਪ੍ਰਾਵਧਾਨ ਕਿਉਂ ਨਹੀਂ, ਕਾਨੂੰਨੀ ਗੱਲ ਕਿਉਂ ਨਹੀਂ ਕਰਦੇ, ਇਹ ਲੈ ਕੇ ਨਹੀਂ ਆਉਣਾ ਚਾਹੁੰਦੇ? ਜਿੱਥੇ ਦਿਲ ਕਰਦਾ ਅੱਜ ਸਰਾਭਾ ਨਗਰ 'ਚ ਜਿਹੜਾ ਮਰਜ਼ੀ ਉੱਠੇ ਪੈਸੇ ਦੇਵੇ ਉਹ ਰੈਜ਼ੀਡੈਂਸ਼ੀਅਲ ਬਿਲਡਿੰਗ ਬਣਾ ਲਵੇ ਕਮਰਸ਼ੀਅਲ ਵਾਲੀ ਜਗ੍ਹਾ 'ਤੇ, ਅਤੇ ਕਮਰਸ਼ੀਅਲ ਵਾਲੀ ਜਗ੍ਹਾ 'ਤੇ ਉਹ ਰੈਜ਼ੀਡੈਂਸ਼ੀਅਲ ਬਣਾ ਲਵੇ। ਹਾਲਾਤ ਬੱਤੋ ਬੱਤਰ ਬਣਾ ਦਿੱਤੇ ਹੈ, ਲੋਕਾਂ ਦਾ ਜੀਣਾ ਔਖਾ ਹੋ ਗਿਆ। ਇਹ ਸ਼ਹਿਰ ਉਹ ਛੱਡ ਕੇ ਆਏ ਸੀਗੇ ਕਿ ਅਸੀਂ ਸਕੂਨ ਵਾਲੀ ਜ਼ਿੰਦਗੀ, ਸ਼ਾਂਤੀ ਵਾਲੇ ਏਰੀਏ 'ਚ ਰਵਾਂਗੇ, ਲੇਕਿਨ ਇਹਨਾਂ ਨੂੰ ਕੀ ਪਤਾ ਸੀਗਾ ਕਿ ਜਿਸ ਏਰੀਏ 'ਚ ਅਸੀਂ ਜਾ ਰਹੇ ਹਾਂ ਉੱਥੇ ਇੱਕ ਦਿਨ ਇਹੋ ਜਿਹੇ ਹਾਲਾਤ ਬਣਾ ਦੇਣਗੇ, ਔਰ ਇਹ ਹਾਲਾਤ ਅਸਲੀ ਹੁੰਦੇ ਨੇ ਤਾਂ ਮੰਨ ਵੀ ਜਾਂਦੇ। ਇਹ ਨਕਲੀ ਨਗਰ ਨਿਗਮ ਕਾਰਪੋਰੇਸ਼ਨ ਨੇ ਜੇਬਾਂ ਭਰਨ ਵਾਸਤੇ, ਆਪਣੇ ਚੇਤਿਆਂ ਨੂੰ ਫਾਇਦਿਆਂ ਪਹੁੰਚਾਉਣ ਵਾਸਤੇ ਇਹ ਹਾਲਾਤ ਇਸ ਸ਼ਹਿਰ ਦੇ ਬਣਾ ਦਿੱਤੇ ਗਏ ਹੈ। ਅੱਜ ਪ੍ਰਸ਼ਾਸਨ ਸੁੱਤਾ ਪਿਆ, ਲੀਡਰ ਸਾਹਿਬਾਂ ਸੁੱਤੇ ਪਏ ਹੈ, ਇਸ ਏਰੀਏ ਦੇ ਕੌਂਸਲਰ ਮੇਰੀ ਵੱਡੀ ਭੈਣ, ਮੈਂ ਬੜੀ ਇੱਜ਼ਤ ਕਰਦਾ, ਬੜੀ ਇੱਜ਼ਤ ਕਰਦਾ। ਚੰਦ ਮਹੀਨੇ ਪਹਿਲਾਂ ਉਹ ਕਾਂਗਰਸ ਪਾਰਟੀ ਦੇ ਕੌਂਸਲਰ ਸੀਗੇ, ਹੁਣ ਉਹ ਆਮ ਆਦਮੀ ਪਾਰਟੀ ਜਾ ਚੁੱਕੇ ਹੋਏ। ਮੈਂ ਉਸ ਭੈਣ ਨੂੰ ਅੱਜ ਬੇਨਤੀ ਕਰਦਾ ਕਿ ਅੱਜ ਲੋਕਾਂ ਨੂੰ ਜ਼ਰੂਰਤ ਹੈ, ਅੱਜ ਤੁਹਾਡੇ ਸਾਥ ਦੀ ਜ਼ਰੂਰਤ ਹੈ। ਇਹ ਲੋਕ ਹੈ ਭੈਣ, ਆਹ ਦੇਖੋ ਇਹ ਉਹੀ ਲੋਕ ਹੈ ਭੈਣ ਜਿਨ੍ਹਾਂ ਦੇ ਕੋਲ ਹੱਥ ਜੋੜ ਜੋੜ ਆਪਾਂ ਵੋਟਾਂ ਮੰਗੀਆਂ, ਉਹਨਾਂ ਨੇ ਵੋਟਾਂ ਪਾਈਆਂ ਵੈ। ਅੱਜ ਲੋਕਾਂ ਨੂੰ ਉਸ ਭੈਣ ਦੀ ਜ਼ਰੂਰਤ ਹੈ, ਉਸ ਮੰਦਿਰ
गरीब आदमी जो सड़क के उत्ते रेहड़ी ला लैंदा वै, ओए तू इलीगल काम किया तेरा चलान कटिया जाएगा। लेकिन सरेआम वड्डिया वड्डिया इलीगल बिल्डिंगा बनदिया पई नज़र नहीं आंदियां पईआं, इह तां फिर साफ है कि ये पैसा फेंक तमाशा दे सारा इलीगल खेल। अज उम्मीद की किरण सिर्फ और सिर्फ सरदार भगवंत मान साहब, मान साहब कोई सुनवाई नहीं, कोई सुनने वाला नहीं है, हालात बत्तों बत्तर है। मान साहब नगर निगम कारपोरेशन अपना खेल खेली जाती है, सियासतदान अपना खेली जाते हैं, लेकिन आम जनता की कोई सुनने वाला नहीं है। तुसी गल दा जवाब दिओ, करोड़ापति लोगों नूं अज सड़कां ते इन्होंने बहन ते मजबूर कर दिता, इन्हां लोगों का कसूर की कि ये टैक्स देंदे है, ये वोटां पाते है, ये लखां करोड़ां रुपया जो लीडर चुनते हैं ना, ये उदो पार्टी फंड के नाम से भी देंदे की नहीं है करते, लेकिन फिर भी अज अपना ही एरिया अपने ही आशियाना अपने ही मकान बचाने वास्ते अज सड़कों उतरे हुए है, हालात बत्तों बत्तर बनाते। वो इन्हों क्लीयर तो कर दौ कि इन्हों का एरिया रेजिडेंशियल है या कमरशियल, कोई गजट की कापी, कोई कानूनी प्रावधान, कोई कानूनी कागज, बस यही मंगते पे है, अपना हक मंगते पे। कारण की है कि जेड़े थां थां ते जेड़े कमर्शियल बनाए जा रहे हैं। मैडम कमाल की गल है, तुसी सियाने हो, पढ़े लिखे हो, तुसी आप दसो कमर्शियल बिल्डिंगा क्यों बनाई जाती है? पैसा, दमड़ी दमड़ी, ये पैसे का खेल है जी। और जो पूरा मैं ही तो कहना कि जो पूरा लुधियाना तुसी कमर्शियल ही बनाना है, बिल्डिंगा सीमेंट सरिया वाला ही बनाना वै, तो कढ़ दिओ यार सानू बाहर। इसे करके तो यूथ रहना नहीं चाहता, पैसे पिछे नहीं सिस्टम पिछे जीना मुश्किल कर दिता होया वै नगर निगम। मैं वाकई कहना कारपोरेशन नहीं, इनू कर परेशान लोग सच्ची कहते हैं। कदों तक भ्रष्टाचार के नाम के उत्ते खेल खेलते रहोगे? जिहड़ा खेल तुसी इन्हां लोकां नाल खेलते हो ना, इन्हां लोकां नूं तुसी बेवकूफ़ बना सकते हो। आओ मेरे नाल बैठो, मैं खुला चैलेंज करता, कागज़ हाथ लैके बैठा, जे वाकई सच्चे है नगर निगम कारपोरेशन का या कोई MLA साबित कर दे सच्चा या तो झूठा है, सच्चा या तो लुधियाना छड़ दूंगा। सत श्री अकाल जी, वधिया जी, केड़ा की मुद्दा लैके आए हो अज? साडा तां रोस प्रगट करना यही है कि सराबा नगर एक रेजिडेंशियल एरिया है और 50 साल तो डिवेलप एरिया है, लोग इत्थे रहन नूं तरसदे है कि सराबा नगर असीं रहना है, ते अज इन्हां ने बिल्कुल बुरा हाल करता सराबा नगर का कमर्शियल कर करके। इन्हां ने मतलब हर रोड नूं कमर्शलाइजेशन करन दी ठान ली हुई है, गलत CLU दे रहे हैं। कितनी देर तो इन्हां नूं असीं 8 महीने हो गए, असीं पहला लैटर दे के गए अपने वालों सराबा नगर वैलफेयर सोसायटी वालों, उस तो बाद इन्हां ने कोई जवाब नहीं दिता। असीं उस तो बाद कौंसलर साहब नूं मिले हैं, MLA साहब नूं मिले हैं, कमिश्नर साहब नूं मिले हैं, हर बंदे नूं असीं हर जगह कॉरपोरेशन नूं टाइम टू टाइम मिले हैं कि साड़ी सुनवाई होवे, लेकिन हल तक साड़ी कोई सुनवाई नहीं हो रही। ये CLU नजायज़ दई जा रहे हैं, नजायज़ बिल्डिंगा बनाई जा रहे हैं, जिहड़ा कि साढ़े मतलब सराबा नगर बर्बाद कर रहे हैं। असीं यही कर रहे हैं कि सराबा नगर बचाया जाए कि साढ़े रहन के काबिल है, सानू इत्थे उजाड़िया ना जाए।